ਦਾਜ ਵਿੱਚ ਆਈ ਕਾਰ ਤੇ ਜੱਗੀ ਆਪਣੀ ਪਤਨੀ ਪ੍ਰੀਤ ਨੂੰ ਨਾਲ ਲੈ ਕੇ ਲੌਂਗ ਡਰਾਈਵ ਤੇ ਨਿਕਲ ਪਿਆ। ਜੱਗੀ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਪ੍ਰੀਤ ਨੇ ਕਾਰ ਹੌਲੀ ਚਲਾਉਣ ਲਈ ਕਿਹਾ ਤਾਂ ਜੱਗੀ ਨੇ ਕਿਹਾ, ਜਾਨੂ ਮਜ਼ੇ ਲੈਣ ਦੇ, ਅੱਜ ਤੱਕ ਦੋਸਤਾਂ ਦੀ ਗੱਡੀ ਚਲਾਈ ਹੈ, ਅੱਜ ਆਪਣੀ ਹੈ। ਸਾਲਾਂ ਬਾਅਦ ਦਿਲ ਦੀ ਤਮੰਨਾ ਪੂਰੀ ਹੋ ਗਈ ਹੈ। ਮੈਂ ਤਾਂ ਖਰੀਦਣ ਦੀ ਸੋਚ ਵੀ ਨਹੀਂ ਸੀ ਸਕਦਾ, ਇਸ ਲਈ ਤੇਰੇ ਪਾਪਾ ਕੋਲੋਂ ਮੰਗ ਕੀਤੀ ਸੀ। ਪ੍ਰੀਤ ਬੋਲੀ, ਅੱਛਾ ਸਪੀਕਰ ਦੀ ਆਵਾਜ਼ ਤਾਂ ਘੱਟ ਕਰੋ। ਇਹਨੇ ਵਿੱਚ ਅਚਾਨਕ ਗੱਡੀ ਅੱਗੇ ਇੱਕ ਮੰਗਤਾ ਆ ਗਿਆ। ਕਿਸੇ ਤਰ੍ਹਾਂ ਜੱਗੀ ਨੇ ਕਾਰ ਘੁਮਾ ਕੇ ਬਚਾ ਕੀਤਾ ਤੇ ਬ੍ਰੇਕ ਲੱਗਦੇ ਹੀ ਜੱਗੀ ਮੰਗਤੇ ਨੂੰ ਗਾਲਾਂ ਕੱਢਣ ਲੱਗ ਪਿਆ। ਸਾਲਿਆ ਮਰਨਾ ਹੀ, ਕੋਈ ਕੰਮ ਕਾਰ ਕਰਕੇ ਖਾ ਲਿਆ ਕਰੋ ਮੰਗਣ ਨਾਲੋਂ। ਪ੍ਰੀਤ ਗੱਡੀ ਚੋਂ ਬਾਹਰ ਆਈ ਤੇ ਉਸਨੇ ਦੇਖਿਆ ਮੰਗਤਾ ਅਪਾਹਜ ਸੀ। ਉਸਨੂੰ ਉਠਾਇਆ ਤੇ ਬੋਲੀ, ਮਾਫ ਕਰਨਾ ਭਾਈ ਸਾਹਿਬ, ਅਸੀਂ ਗੱਲਾਂ ਵਿੱਚ ਸੀ, ਤੁਹਾਨੂੰ ਸੱਟ ਤਾਂ ਨਹੀਂ ਲੱਗੀ? ਤੇ ਪਰਸ ਚੋਂ 100 ਰੁਪਏ ਦਾ ਨੋਟ ਕੱਢ ਕੇ ਮੰਗਤੇ ਨੂੰ ਦੇ ਦਿੱਤਾ ਤੇ ਕਿਹਾ, ਭਾਈ ਸਾਹਿਬ ਸਾਡਾ ਨਵਾਂ ਵਿਆਹ ਹੋਇਆ ਹੈ, ਮਿਠਾਈ ਲੈ ਜਾਣਾ ਘਰ ਤੇ ਬੱਚਿਆਂ ਨੂੰ ਵੀ ਦੇ ਦੇਣਾ। ਤੇ ਉਸਨੂੰ ਫੁੱਟਪਾਥ ਤੇ ਬਿਠਾ ਦਿੱਤਾ। ਮੰਗਤੇ ਨੇ ਪ੍ਰੀਤ ਨੂੰ ਅਸੀਸਾਂ ਦਿੰਦੇ ਹੋਏ ਨੋਟ ਜੇਬ ਵਿੱਚ ਪਾ ਲਿਆ ਤੇ ਪ੍ਰੀਤ ਵਾਪਸ ਕਾਰ ਵਿੱਚ ਆਟ ਕੇ ਬੈਠ ਗਈ। ਕਾਰ ਵਿੱਚ ਬੈਠਦੇ ਹੀ ਜੱਗੀ ਪ੍ਰੀਤ ਨੂੰ ਬੋਲਣ ਲੱਗ ਪਿਆ, ਤੁਹਾਡੇ ਵਰਗੇ ਲੋਕਾਂ ਕਰਕੇ ਹੀ ਇਹਨਾਂ ਦੀ ਹਿੰਮਤ ਵੱਧਦੀ ਹੈ, ਤੁਹਾਡੇ ਵਰਗੇ ਇਹਨਾਂ ਨੂੰ ਸਿਰੇ ਚਾੜ ਦਿੰਦੇ ਆ। ਜੋ ਤੂੰ 100 ਰੁਪਏ ਦੇ ਕੇ ਆਈ ਹੈ ਮੇਰੀ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਸੀ। ਪ੍ਰੀਤ ਮੁਸਕੁਰਾਉਂਦੀ ਹੋਈ ਬੋਲੀ, ਜੱਗੀ ਮੰਗਤਾ ਤਾਂ ਮਜਬੂਰ ਸੀ, ਇਸ ਲਈ ਮੰਗ ਰਿਹਾ ਸੀ, ਨਹੀਂ ਤਾਂ ਸਭ ਕੁਝ ਹੁੰਦੇ ਹੋਏ ਵੀ ਲੋਕ ਭੀਖ ਮੰਗਦੇ ਹਨ ਦਾਜ ਦੀ। ਜਾਣਦਾ ਹੈ ਜੱਗੀ, ਖੂਨ ਪਸੀਨਾ ਮਿਲਿਆ ਹੁੰਦਾ ਹੈ ਸਾਡੇ ਗਰੀਬ ਕੁੜੀਆਂ ਦੇ ਮਾਂ ਬਾਪ ਦਾ, ਇਸ ਦਾਜ ਨੂੰ ਇਕੱਠਾ ਕਰਨ ਵਿੱਚ। ਤੂੰ ਵੀ ਗੱਡੀ ਮੰਗੀ ਸੀ ਤੇ ਮੰਗਤਾ ਕੌਣ ਹੋਇਆ, ਉਹ ਅਪਾਹਜ ਜਾਂ ਤੂੰ? ਇੱਕ ਪਿਓ ਆਪਣੇ ਜਿਗਰ ਦੇ ਟੁਕੜੇ ਨੂੰ 20 ਸਾਲ ਤੱਕ ਸੰਭਾਲ ਕੇ ਰੱਖਦਾ ਹੈ ਤੇ ਦੂਸਰੇ ਨੂੰ ਦਾਨ ਕਰਦਾ ਹੈ, ਜਿਸ ਨੂੰ ਕੰਨਿਆ ਦਾਨ ਮਹਾਦਾਨ ਵੀ ਕਹਿੰਦੇ ਹਨ, ਤਾਂ ਕਿ ਦੂਜੇ ਦਾ ਪਰਿਵਾਰ ਚੱਲ ਸਕੇ ਤੇ ਉਸ ਦਾ ਵੰਸ਼ ਅੱਗੇ ਵਧੇ ਤੇ ਕਿਸੇ ਦੀ ਨਵੀਂ ਗ੍ਰਹਿਸਤ ਸ਼ੁਰੂ ਹੋ। ਉਸਦੇ ਦਾਜ ਮੰਗਣਾ ਭੀਖ ਨਹੀਂ ਤਾਂ ਹੋਰ ਕੀ ਹੈ? ਬੋਲ ਜੱਗੀ, ਕੌਣ ਹੋਇਆ ਮੰਗਤਾ, ਉਹ ਅਪਾਹਜ ਜਾਂ ਤੂੰ? ਪ੍ਰੀਤ ਰੋਂਦੀ ਹੋਈ ਬੋਲੀ, ਜੱਗੀ ਜਿਨ੍ਹਾਂ ਪੈਸਿਆਂ ਦੀ ਤੇਰੀ ਕਾਰ ਆਈ ਹੈ ਉਹ ਪੈਸੇ ਮੇਰੇ ਮਾਂ ਬਾਪ ਨੇ ਆਪਣਾ ਮਕਾਨ ਬਣਾਉਣ ਲਈ ਰੱਖੇ ਸੀ। ਕਹਿੰਦੇ ਸੀ ਪ੍ਰੀਤ ਦੇ ਵਿਆਹ ਤੋਂ ਬਾਅਦ ਅਸੀਂ ਵੀ ਆਪਣਾ ਮਕਾਨ ਬਣਵਾ ਲੈਣਾ ਹੈ ਤੇ ਸੁੱਖ ਸ਼ਾਂਤੀ ਨਾਲ ਬੁਢਾਪਾ ਕੱਟਣਾ ਹੈ। ਮਕਾਨ ਮਾਲਕ ਦੀ ਕਿਚ ਕਿਚ ਹੁਣ ਸਹਿਣ ਨਹੀਂ ਸੀ ਹੁੰਦੀ, ਪਰ ਜੱਗੀ ਤੂੰ ਮੇਰੇ ਮਾਂ ਬਾਪ ਦਾ ਬੁਢੇਪਾ ਹੋਰ ਔਖਾ ਕਰ ਦਿੱਤਾ ਹੈ। ਰੱਬ ਕਰੇ ਆਪਣੇ ਘਰ ਵੀ ਧੀ ਜਨਮ ਲਵੇ, ਜਦੋਂ ਜਵਾਈ ਨੇ ਕਾਰ ਮੰਗੀ ਤੈਨੂੰ ਫੇਰ ਪਤਾ ਚੱਲੂ, ਜਿਸ ਕਾਰ ਵਿੱਚ ਅੱਜ ਤੈਨੂੰ ਮਜ਼ੇ ਆ ਰਹੇ ਹਨ ਉਹ ਮੇਰੇ ਮਾਂ ਬਾਪ ਆਪਣਾ ਬੁਢੇਪਾ ਵੇਚ ਕੇ ਲੈ ਕੇ ਆਏ, ਤੇ ਤੈਨੂੰ ਵੀ ਪਤਾ ਚੱਲੂ ਜਦੋਂ ਤੂੰ ਆਪਣਾ ਬੁਢੇਪਾ ਵੇਚ ਕੇ ਕਾਰ ਦੇਵੇਂਗਾ। ਲੰਬੀ ਖਾਮੋਸ਼ੀ ਛਾ ਚੁੱਕੀ ਸੀ। ਜੱਗੀ ਸਿਰ ਸੁੱਟੀ ਬੈਠਾ ਸੀ, ਘਰ ਪਹੁੰਚ ਕੇ ਸਾਰੀ ਰਾਤ ਨਾ ਸੁੱਤਾ ਤੇ ਅਗਲੇ ਦਿਨ ਹੀ ਪ੍ਰੀਤ ਨੂੰ ਨਾਲ ਲੈ ਕੇ ਗੱਡੀ ਸਹੁਰਿਆਂ ਨੂੰ ਵਾਪਿਸ ਦੇ ਆਇਆ। ਜੱਗੀ ਅਣਖ ਵਾਲਾ ਸੀ, ਉਸਨੇ ਆਪਣੀ ਗਲਤੀ ਸੁਧਾਰ ਲਈ। ਪ੍ਰੀਤ ਤੇ ਜੱਗੀ ਹੱਸਦੇ ਹੱਸਦੇ ਘਰ ਆ ਗਏ ਤੇ ਪ੍ਰੀਤ ਵੀ ਹੁਣ ਖੁਸ਼ ਨਜ਼ਰ ਆ ਰਹੀ ਸੀ ਤੇ ਆਪਣੇ ਪਤੀ ਨੂੰ ਪਿਆਰ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਹੀ। ਦੋਸਤੋ, ਕਿਸੇ ਦੀਆਂ ਖੁਸ਼ੀਆਂ ਮਾਰ ਕੇ ਆਪਣੇ ਸ਼ੌਂਕ ਨਾ ਪੂਰੇ ਕਰੋ। ਧੰਨਵਾਦ
कहानी पसंद आवे ता दोस्तो शेयर जरूर करना ते चैनल जरूर सब्सक्राइब करना। आरजे राजवीर कालेके।